1% ਹੈ ਯਾਰ, ਮੈਂ ਤਾਂ ਸ਼ੁਰੂ ਤੋਂ ਕਹਿ ਰਿਹਾ ਜਗਬਾਣੀ ਕਿ ਜਿਹੜੇ ਆਫਿਸਰ ਨੇ ਜਿਹੜੇ ਵਿੱਚ ਪੋਲਿਊਸ਼ਨ ਬੋਰਡ ਵਾਲੇ, ਸੀਵਰੇਜ ਬੋਰਡ ਵਾਲੇ, ਇਹ ਬਲੈਕ ਸ਼ੀਪਸ ਵਿੱਚ ਰਲ ਕੇ, ਅੱਜ ਤੀਜੀ ਵਾਰ ਦੇਖੋ ਮੇਰੇ ਨਾਲ ਸਾਰੇ ਇੰਡਸਟਰੀ ਮੈਂ ਲੈ ਕੇ ਆਇਆ ਨਾਲ ਦਿਖਾਉਣ ਵਾਸਤੇ, ਟਾਈਮ ਇੰਡਸਟਰੀ ਨਾਲ ਖੜੀ ਹੈ, ਮੇਰੇ ਕੋਲ ਆਏ ਸੀਗੇ ਸਾਰੇ ਸਰਕਾਰ ਜੋ, ਠੀਕ ਹੈ, ਇਹਨਾਂ ਦਾ ਆਪਣਾ CTP ਲੱਗਿਆ, ਉਹ ਤੋਂ ਟ੍ਰੀਟ ਹੋ ਕੇ ਪਾਣੀ ਤੁਸੀਂ ਦੇ ਲਓ ਕੀ ਆ ਰਿਹਾ ਹੈਗਾ, ਮਤਲਬ ਉਸ ਤੋਂ ਪਹਿਲਾਂ JVR 'ਚ ਜਾ ਕੇ ਆਇਆ, ਉਸ ਇੱਥੇ ਤੁਸੀਂ ਦੇਖਿਆ ਹੀ ਹੈਗਾ, ਮਤਲਬ ਵੀ ਹਰ ਪਾਸੇ ਇਹਨਾਂ ਨੇ ਇੱਦਾਂ ਗਾਹ ਪਾਇਆ ਪਿਆ ਵੀ, ਮਤਲਬ ਇਹਨਾਂ ਨੇ ਠੇਕਾ ਹੀ ਲੈ ਲਿਆ ਵੀ ਅਸੀਂ ਪੰਜਾਬ ਮਾਰਨਾ, ਪੰਜਾਬ ਨੂੰ ਅਸੀਂ ਕੈਂਸਰ ਦਾ ਪੰਜਾਬ ਬਣਾਉਣਾ ਹੈ ਜੀ, ਹੈ ਕਿੱਥੇ ਗਏ ਸਾਡੇ ਉਹ ਪੁਰਾਣੇ ਸੁਪਨੇ ਰੰਗਲੇ ਪੰਜਾਬ ਵਾਲੇ ਤੇ ਮਿਲਖਾ ਸਿੰਘ ਵਾਲੇ ਤੇ ਤਾਰਾ ਸਿੰਘ ਵਾਲੇ, ਤੇ ਇਹ ਤਾਂ ਬਹੁਤ ਖਤਰਨਾਕ ਚੀਜ਼ਾਂ ਨੇ, ਇਸ ਕਰਕੇ ਇਹਦੇ ਉੱਤੇ ਬੜੀ ਸੰਜੀਦਗੀ ਦੇ ਨਾਲ ਸਾਨੂੰ ਸਾਰਿਆਂ ਨੂੰ ਇਹਦੇ ਉੱਤੇ ਕੰਮ ਕਰਨਾ ਪਏਗਾ। ਮੈਂ ਤਾਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਆਪਾਂ ਇਕੱਠੇ ਹੋ ਕੇ ਆਪਾਂ ਬੁੱਢੇ ਨਾਲੇ ਨੂੰ ਸਾਫ਼ ਕਰਨਾ ਇੱਕ ਜ਼ਰੂਰਤ ਆ ਜੀ, ਤੇ ਉਹਦੇ ਤਹਿਤ ਅਸੀਂ ਜਿੱਥੇ ਤੱਕ ਸਾਨੂੰ ਜਾਣਾ ਪਿਆ ਕਰਾਂਗੇ। ਦੇਖੋ ਇਹੀ ਤਾਂ ਗੱਲ ਹੈ ਨਾ, ਸਲੱਜ ਜਿਹੜੀ ਆ, ਤੁਸੀਂ ਮੈਂ ਗਲਾਸ ਦਿੱਤਾ ਪਾਣੀ ਦਾ, ਸਲੱਜ ਤੁਹਾਡੇ ਸਾਹਮਣੇ ਵਿੱਚ ਆਈ ਆ, ਹੈ ਸੈਂਪਲ ਕਿੱਥੇ ਗਿਆ? ਦਹੀਂ ਯਾਰ, ਦੁਬਾਰਾ ਪਾਣੀ ਦਾ ਗੋਗੀ ਸਾਹਿਬ ਗੱਲ ਕਰੀਏ, ਪਹਿਲਾਂ ਵੀ ਤੁਹਾਡੇ ਕੋਲ ਰਿਪੋਰਟ ਵੀ ਤਿਆਰ ਕਰਕੇ ਭੇਜੀ ਸੀ, ਪਰ ਸਰ ਕਿਹੜੇ ਕਿਹੜੇ ਅਫਸਰਾਂ ਉੱਤੇ ਕਾਰਵਾਈ ਹੋਈ ਤੇ ਜੇ ਨਹੀਂ ਹੋਈ ਤਾਂ ਕੀ ਕਾਰਨ ਕੀ ਰਿਹਾ ਜੀ? ਦੇਖੋ ਜੀ, ਜਿਹੜੇ ਮੇਨ ਇਸ ਵੇਲੇ ਦੇ ਜਿਹੜੇ ਜਿਨ੍ਹਾਂ ਨੇ DPR ਤਿਆਰ ਕਰਾਈ ਆ ਬੁੱਢੇ ਨਾਲੇ ਦੀ 650 ਕਰੋੜ ਦੀ, ਉਸ ਵੇਲੇ ਦੇ ਜਿਹੜੇ ਅਫਸਰ ਸੀਗੇ ਉਹ, ਪਲੱਸ ਜਿਹੜੇ ਇੱਥੋਂ ਦੇ ਚੀਫ ਇੰਜੀਨੀਅਰ SC ਪੋਲਿਊਸ਼ਨ ਬੋਰਡ ਦੇ ਤੇ ਪਲੱਸ ਆਪਣੇ ਸੀਵਰੇਜ ਬੋਰਡ ਦੇ, ਜਿਨ੍ਹਾਂ ਦੇ ਕਰਕੇ ਸਾਰਾ ਐਗਜੀਕਿਊਟਿਵ ਏਜੰਸੀ ਦਾ ਇਹੀ ਹੈ ਨਾ, ਆਪਣੇ ਸੀਵਰੇਜ ਬੋਰਡ ਹੀ ਹੈ ਨਾ, ਤੇ ਮਤਲਬ ਵੀ ਤੁਸੀਂ 588 ਕਰੋੜ ਰੁਪਈਆ ਠੇਕੇਦਾਰ ਨੂੰ ਦੇਤਾ ਕਰਾਲੀ ਕੰਪਨੀ ਨੂੰ, 34 ਕਰੋੜ ਤੁਸੀਂ AMC ਦੇਤਾ ਪਿਛਲੀ ਵਾਰੀ, ਮੈਂ ਕਿਹਾ ਸੀ ਅੱਜ ਮੈਂ ਫਿਰ ਉਹੀ ਗੱਲ ਨੂੰ ਰਿਪੀਟ ਕਰਨ ਲੱਗਿਆ ਹੋਇਆ, ਤੇ ਤੁਸੀਂ ਪੰਜਾਬ ਦੇ ਲੋਕਾਂ ਦਾ ਪੈਸਾ ਹੱਥ ਲਾਲਦਾ ਤੁਸੀਂ ਇਹਨਾਂ ਠੇਕੇਦਾਰਾਂ ਨੂੰ ਦੇ ਕੇ, ਜਿਨ੍ਹਾਂ ਨੇ ਕਿ ਬਿਲਕੁਲ ਠੇਕਾ ਲਿਆ ਵੀ ਪੰਜਾਬ ਨੂੰ ਕੈਂਸਰ ਦਾ ਦਰਿਆ ਬਣਾਉਣਾ, ਤੇ ਉਹਦੇ ਬੜੀ ਇਹ ਸ਼ਰਮਨਾਕ ਗੱਲ ਆ, ਸਾਡੇ ਵਾਸਤੇ ਸ਼ਰਮਨਾਕ ਗੱਲ ਹੈ। ਸਰ ਕਿੰਨੀ ਕੁ ਉਮੀਦ ਹੈ ਕਦੋਂ ਤੱਕ ਜਿਹੜਾ ਬੁੱਢਾ ਦਰਿਆ ਵੱਜੂਗਾ ਬੁੱਢਾ ਨਾਲ? ਦੇਖੋ ਜੀ, ਲੜਾਈ ਲੜਦੇ ਪਏ ਆ, ਵੱਡੀ ਲੜਾਈ ਆ, ਇਹਦੇ ਵਿੱਚ ਅਸੀਂ ਕੋਈ ਵੀ ਕੰਪਰੋ ਨਹੀਂ ਹੈਗਾ, ਕੋਈ ਰਾਜਨੀਤੀ ਨਹੀਂ ਹੈਗੀ ਇਹਦੇ ਵਿੱਚ, ਸਿਰਫ ਤੇ ਸਿਰਫ ਇੱਕ ਸਮਾਜਿਕ ਤੌਰ ਤੇ, ਇਨਸਾਨੀਅਤ ਤੌਰ ਤੇ ਅਸੀਂ ਇਹ ਪੀੜਾ ਚੁੱਕਿਆ, ਵਾਹਿਗੁਰੂ ਸੱਚੇ ਪਾਤਸ਼ਾਹ ਸਾਨੂੰ ਤਾਕਤ ਬਖਸ਼ੇ, ਬਲ ਬਖਸ਼ੇ, ਔਰ ਅਸੀਂ ਇਹਨੂੰ ਆਹ ਦੇਖੋ ਆ ਗਿਆ, ਆਹ ਦੇਖੋ ਆਹ ਸਲੱਜ ਥੱਲੇ ਆ ਗਈ ਕੈਮਰੇ 'ਚ, ਇਹ ਸਲੱਜ ਕਿੱਥੇ ਆ? ਆਹ ਦੇਖੋ ਥੱਲੇ ਘੁੰਮਦੀ ਹੈ ਨਾ, ਤੁਹਾਡੇ ਸਾਹਮਣੇ ਤੁਹਾਡੇ ਲਾਈਵ ਕੈਮਰੇ 'ਚੋਂ ਸੈਂਪਲ ਭਰਿਆ, ਸਲੱਜ ਵਿੱਚ ਹੈ, ਅਤੇ ਕੀ ਟ੍ਰੀਟ ਹੋ ਰਿਹਾ ਇੱਥੇ STP 'ਤੇ, ਇਹਦੀ ਸਾਰੀ ਇਨਕੁਆਇਰੀ ਹੋਣੀ ਚਾਹੀਦੀ ਆ। ਔਰ ਮਹਿਮਾਨ ਸਾਹਿਬ ਨੂੰ ਬੇਨਤੀ ਲਾਈ ਆ, ਔਰ ਸਾਡੇ ਜਿਹੜੀ ਲੋਕਲ ਗੌਰਮੈਂਟ ਸਾਡੀ ਕਮੇਟੀ ਹੈਗੀ ਜਿਹਦਾ ਦਾਸ ਚੇਅਰਮੈਨ ਆ, ਪਲੱਸ ਬੁੱਢੇ ਨਾਲੇ ਦੀ ਪਿਛਲੀ ਵਾਰ ਉਹਦੇ 'ਚ ਮੀਟਿੰਗ 'ਚ ਵੀ ਅਸੀਂ ਇਹ ਸਿਫਾਰਿਸ਼ ਕਰਕੇ ਆਏ ਹਾਂ ਵੀ ਇਹਦੀ ਪੈਰਲਲ ਇਨਕੁਆਇਰੀਆਂ ਹੋਣੀਆਂ ਚਾਹੀਦੀਆਂ। ਗੋਗੀ ਸਾਹਿਬ ਗੱਲ ਕਰੀਏ ਲੁਧਿਆਣੇ ਦੀ ਸਿਆਸਤ, ਬੁੱਢੇ ਦਰਿਆ ਤੋਂ ਸ਼ੁਰੂ ਹੋ ਗਿਆ, ਬੁੱਢੇ ਦਰਿਆ ਤੇ ਖਤਮ ਹੋਈ, ਪਰ ਕਈ ਸਰਕਾਰਾਂ ਆਈਆਂ ਕਈ ਗਈਆਂ। ਦੇਖੋ ਮੈਂ ਕੋਈ ਸਿਆਸਤ ਵਾਲੇ ਲੋਕ ਰਹਿੰਦੇ ਨੇ, ਬਿਮਾਰੀਆਂ ਨੇ ਘਿਰੇ ਹੋਏ, ਬਿਲਕੁਲ ਮੈਂ ਇਸ ਤੇ ਕੋਈ ਸਿਆਸਤ ਨਹੀਂ ਹੈ, ਨਾ ਮੈਂ ਇੱਥੇ ਕੋਈ ਰਾਜਨੀਤੀ ਕਰਦਾ, ਪਹਿਲੀ ਗੱਲ ਮੈਂ ਕੋਸ਼ਿਸ਼ ਕਰ ਰਿਹਾ ਜੀ, ਮੈਂ ਲੜਾਈ ਲੜਦਾ ਪਿਆ, ਠੀਕ ਹੈ, ਔਰ ਮੈਨੂੰ ਇਸ ਚੀਜ਼ ਦਾ ਹੋਏਗਾ ਵੀ ਅੱਜ ਸਾਡੇ ਸ਼ਹਿਰ ਦਾ ਬੁੱਢਾ ਦਰਿਆ, ਜੋ ਪੁਰਾਣਾ ਦਰਿਆ ਸੀਗਾ ਜਿਸ 'ਚ ਮੱਛੀਆਂ ਤੈਰਦੀਆਂ ਸੀ, ਲੋਕ ਲਾਉਂਦੇ ਸੀਗੇ, ਵਧੀਆ ਇੰਜੋਏ ਕਰਦੇ ਸੀ ਇਹਨੂੰ, ਅਸੀਂ ਉਹ ਚੀਜ਼ ਲੋਕਾਂ ਨੂੰ ਦੁਬਾਰਾ ਦੇ ਦਈਏ, ਇੱਕ ਮੇਰਾ ਸੁਪਨਾ ਹੈਗਾ, ਪਰਮਾਤਮਾ ਕਰੇ ਸਰਕਾਰ ਹੋਵੇ, ਔਰ ਮੈਂ ਅਸੀਂ ਜੰਗੀ ਪੱਧਰ 'ਤੇ ਲੱਗੇ ਹੋਏ ਹਾਂ, ਸਰਕਾਰ ਲੱਗੀ ਹੋਈ ਆ, ਅਤੇ ਜਿਸ ਤਰੀਕੇ ਨਾਲ ਵੀ ਹੋਇਆ ਸੀ, ਦੇਖੋ ਬੰਨ ਲਾਉਣ ਨਾਲ ਮਸਲੇ ਹੱਲ ਨਹੀਂ ਹੁੰਦੇ, ਹੁਣ ਅਸੀਂ ਕੰਮ ਕਰਦੇ ਪਏ ਹਾਂ, ਸਾਨੂੰ ਅਸੀਂ ਬਿਮਾਰੀ ਡਿਟੈਕਟ ਕੀਤੀ ਆ, ਸਾਨੂੰ ਪਤਾ ਵੀ JVR ਕੰਪਨੀ ਹੈ ਜਿਹੜੀ, ਜਿੱਥੇ ਤੁਹਾਨੂੰ ਮੈਂ ਸਾਰਿਆਂ ਨੂੰ ਲੈ ਕੇ ਗਿਆ, ਉੱਥੇ ਬਹੁਤ ਜ਼ਿਆਦਾ ਬੇਨਿਜ਼ਮੀਆਂ ਨੇ, ਬਹੁਤ ਜ਼ਿਆਦਾ ਲੋਕਾਂ ਦੇ ਨਾਲ ਖਿਲਵਾੜ ਆ, ਉਸ ਚੀਜ਼ ਦਾ ਸਾਰਾ ਦੇਖਿਆ ਜਾ ਰਿਹਾ। ਥੈਂਕ ਯੂ ਕਮਲ ਜੀ। ਸੈਂਪਲ ਭਰੇ ਗਏ ਅੱਜ, ਫਿਰ ਵਿਧਾਇਕ ਪਹੁੰਚੇ ਨੇ ਗੋਗੀ ਜੀ ਇੱਥੇ ਅੱਜ। ਦੇਖੋ ਜਿਹੜਾ ਸਾਨੂੰ ਨੋਟਿਸ ਆਇਆ ਹੈ ਪੋਲਿਊਸ਼ਨ ਬੋਰਡ ਵੱਲੋਂ, ਉਹ ਬਿਲਕੁਲ ਧੱਕੇਸ਼ਾਹੀ ਹੈ। ਅਸੀਂ MLA ਸਾਹਿਬ ਕੋਲ ਗਏ ਹਾਂ ਅੱਜ, ਉਹ ਪਹਿਲੀ ਵਾਰ, ਅਸੀਂ MLA ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਪਹਿਲੀ ਵਾਰ ਕਿਸੇ ਰਾਜਨੇਤਾ ਨੇ JVR ਦੇ ਪਲਾਂਟ ਦੇ ਵਿੱਚ ਜਾਣ ਦੀ ਹਿੰਮਤ ਕੀਤੀ ਆ, ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ।
ਜੇ ਗੱਲ ਕਰੀਏ ਬੁੱਢੇ ਨਾਲੇ ਦੀ ਤਾਂ ਬੁੱਢੇ ਨਾਲੇ ਦਾ ਦੋਸ਼ੀ ਡਾਇੰਗ ਇੰਡਸਟਰੀ ਨਹੀਂ ਹੈ, ਕਿਉਂਕਿ ਡਾਇੰਗ ਇੰਡਸਟਰੀ ਨੇ 250 ਕਰੋੜ ਪਲਾਕ 250 ਕਰੋੜ ਰੁਪਏ ਲਗਾ ਕੇ ਪਲਾਂਟ ਲਗਾ ਤੇ, ਔਰ ਇਹਦੇ ਵਿੱਚ ਜਿੰਨੀ ਵੀ ਇਲੈਕਟ੍ਰੋਪਲੇਟਿੰਗ ਇੰਡਸਟਰੀ ਹੈਗੀ ਹੈ, ਜੋ ਵੀ ਇੰਡਸਟਰੀ ਇਲੈਕਟ੍ਰੋਪਲੇਟਿੰਗ ਦੀ ਹੈਗੀ ਹੈ, ਉਹਨਾਂ ਦਾ 1600 ਯੂਨਿਟ ਕਿਹਾ MLA ਸਰ ਪੁੱਛਿਆ, ਸਵਾਲ ਪੁੱਛਿਆ ਉਹਨਾਂ ਨੂੰ ਕਿੰਨੇ ਤੁਹਾਡੇ ਯੂਨਿਟਾਂ 'ਚ ਪਾਣੀ ਜਾਂਦਾ, ਕਹਿੰਦਾ 1600 ਯੂਨਿਟ ਦਾ, 1600 ਯੂਨਿਟ ਦੀ ਕੰਸੈਂਟ 2 MLD ਦੇ ਕਰੀਬ ਹੈ, ਮੇਰੇ ਕੋਲ ਰਿਕਾਰਡ ਹੈ, ਮੈਂ ਜਿਹੜੀ ਸਟੇਟਮੈਂਟ ਦੇ ਰਿਹਾ ਮੈਂ ਮੇਰੀ ਰਿਕਾਰਡ ਔਨ ਰਿਕਾਰਡ ਦੇ ਰਿਹਾ, 2 MLD ਦੀ ਕੰਸੈਂਟ ਹੈ, ਪੂਰੇ ਪੰਜਾਬ 'ਚੋਂ ਪਾਣੀ ਚੱਕਿਆ ਜਾ ਰਿਹਾ ਹੈ, ਕਿਆ 5 ਲੱਖ ਲੀਟਰ ਨਾਲ ਕਿਤਾ ਪਾਣੀ ਸਾਫ਼ ਹੋ ਸਕਦਾ? ਸਿੱਧੇ ਸਿੱਧੇ ਸਵਾਲ ਹੈ ਜੀ। ਗੱਲ ਕਰੀਏ ਜਿਹੜੇ ਵਿਰੋਧੀ ਧਿਰ ਹੈ, ਹਰ ਵਾਰੀ ਉਹਨਾਂ ਨੇ ਨਿਸ਼ਾਨਾ ਜਿਹੜੇ ਡੈਂਗਾਂ ਦਾ ਸਭ ਤੋਂ ਵੱਡੀ ਜਿਹੜੀ ਡੈਂਗਾ ਉਹਦੇ ਕਾਰਨ ਹੀ ਹੁੰਦੀ ਹੈ। ਦੇਖੋ ਡਾਈਆਂ ਦੀ ਚਿਮਨੀਆਂ ਲੱਗੀਆਂ ਹੋਈਆਂ ਦਿਖਦੀਆਂ ਲੋਕਾਂ ਨੂੰ, ਕਾਲਾ ਪਾਣੀ, ਕਾਲੀ ਸ਼ਰਟ ਤੁਸੀਂ ਵੀ ਪਾਈ ਹੋਈ ਹੈ, ਕੋਕਾ ਕੋਲਾ ਅਸੀਂ ਸਾਰੇ ਪੀਂਦੇ ਹਾਂ, ਰੰਗ ਕੋਈ ਜ਼ਹਿਰ ਨਹੀਂ ਹੈ, ਜਿਹੜਾ ਹੈਵੀ ਮੈਟਲ ਜਿਹੜਾ ਕੈਂਸਰ ਦਾ ਕਾਰਨ ਹੈ ਮੇਨ ਉੱਥੋਂ ਇਲੈਕਟ੍ਰੋਪਲੇਟਿੰਗ ਪਲਾਂਟ ਤੋਂ ਆਉਂਦਾ। ਕਿੱਥੇ ਜਾ ਕੇ ਆਏ?